ਮਿਲਣ ਦੇ ਝਟਕਾ ਵੀ ਨਹੀਂ ਸਹਿਣਾ ਬਾਬੇ ਨੇ ਇਹ ਕਮਜ਼ੋਰੀ ਕਿਉਂ ਬਾਬੇ ਨੇ ਨਾ ਖਾਣਾ ਖਰਾਬ ਮਰਦੇ ਮਰਦੇ ਤਿੰਨ ਵਾਰੀ ਇਹੀ ਘਰ ਜਾਂਦੇ ਨੇ ਲੇਕਿਨ ਬਾਬਾ ਤੁਸੀਂ ਇੰਝ ਨਾ ਹੱਸੋ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਨਰਗਸ ਹੈ ਮੈਂ ਪਹਿਲੀ ਇਹੀ ਤੇ ਬਾਬਾ ਨਾ ਮਾਰਾਂ ਤੇ ਫਿਰ ਗੱਲ ਕਰਾਂ ਬਾਬਾ ਕਰ ਕਦੀ ਤੇ ਹੱਥੇ ਚੜੇ ਨਹੀਂ ਬਾਬਾ ਜੀ ਇਹਨਾਂ ਕੰਮਾਂ 'ਚ ਨਾ ਪੈਣਾ ਇੱਥੇ ਬੜੇ ਬੜੇ ਜਹਾਜ਼ ਫਰਕ ਹੋ ਚੁੱਕੇ ਨੇ ਪਰ ਬਾਬੇ ਤੇ ਅਸੀਂ ਕਈ ਮਾਰਦੇ ਨੇ ਤੁਹਾਨੂੰ ਸਾਡਾ ਨਹੀਂ ਪਤਾ ਬਾਬਾ ਜੀ ਇੰਝ ਕਰ ਰਿਹਾ ਜ਼ਿਹਨੀ ਤੌਰ ਤੇ ਜਿੰਨੇ ਬਾਬੇ ਨੇ ਅੱਲਾ ਬਚਾਇਆ ਨਾ ਕਰੋ ਇਹ ਜਿਹੜੇ ਮੁੰਡੇ ਨੇ ਇਹ ਕੁੜੀ ਨੂੰ ਭਲਾ ਕੀ ਤੱਕਦੇ ਨੇ ਵਾਓ ਨਾਈਸ ਗੁੱਡ ਲੁਕਿੰਗ ਵੈਰੀ ਗੁੱਡ ਤੇ ਬਾਬੇ ਖਾਨਾ ਖਰਾਬੇ ਵੇਖ ਨਰਗਸ ਨੂੰ ਕਿੱਡੀ ਸਮਾਰਟ ਹੋਈ ਉੱਠ ਚਲੋ ਤੰਗ ਹੀ ਕਰੋਗੇ ਵੱਧ ਤੋਂ ਵੱਧ ਕੀ ਕਰ ਲੋਗੇ ਤਿਕਤਾਰੀਆਂ ਕੋਈ ਗੱਲ ਨਹੀਂ ਕਦੀ ਮੇਰੀ ਬੀਵੀ ਵੀ ਤੇਰੀ ਉਮਰ 'ਚ ਹੁੰਦੀ ਸੀ ਲੇਕਿਨ ਉਦੋਂ ਵੀ ਉਹ ਇੰਝ ਦੀ ਨਹੀਂ ਸੀ ਤੇ ਜਦੋਂ ਇਹਨੇ ਜਾ ਕੇ ਚਾਚੀ ਨੂੰ ਕੁਝ ਕਹਿਣਾ ਉਹਨੇ ਕਹਿੰਦਾ ਹੈ ਸੀ ਤੂੰ ਹੀ ਉਹਦਾ ਬੇੜਾ ਕਰ ਕੀਤਾ ਤੇ ਉਹ ਕੀ ਬਲੀ ਆਦੀ ਬੀਵੀ ਸੀ ਇੰਝ ਕਰਕੇ ਜਾਂਦੀ ਨਹੀਂ ਹੁਣ ਵਿਚਾਰੀ ਇੰਝ ਜਾਂਦੀ ਓਏ ਤੂੰ ਆ ਮੇਰੇ ਘਰ ਇੱਕ ਦਿਨ ਮੈਂ ਤੈਨੂੰ ਪਹਿਲੇ ਦਿਨ ਚੇਂਜ ਦਾ ਕਰ ਦੇਣਾ ਚਾਚਾ ਵੀ ਤਾਂ ਕਦੀ ਜਵਾਨ ਹੋਏਗਾ ਨਾ ਛਤੀਰ ਚੁੱਕਦਾ ਹੋਣਾ ਉਹ ਜਾ ਕੰਮ ਕਰ ਚਾਚਾ ਹੁਣ ਵੀ ਤੇਰਾ ਜਵਾਨ ਹੈ ਅੱਛਾ ਜੀ ਤੈਨੂੰ ਮੇਰਾ ਨਹੀਂ ਪਤਾ ਮੈਂ ਅੱਖਾਂ ਨਾਲ ਅਲਟਰਾਸਾਊਂਡ ਕਰ ਲੈਣੀ ਕਿਉਂ ਬਾਬਾ ਜੀ 10 ਮਿੰਟ ਦੀ ਕਹਿੰਦਾ ਆਹੋ ਬੜਾ ਤੈਨੂੰ ਮਾਨ ਹੈ ਆਪਣੀ ਦਵਾਈ ਦੇ ਤੇ ਜਦੋਂ ਬਾਬੇ ਨੇ ਤੇਰਾ ਅਲਟਰਾ ਕੀਤਾ ਤੇਰਾ ਸਾਊਂਡ ਨਹੀਂ ਨਿਕਲਦਾ ਸਿਰਫ ਉੱਚਾ ਚਾਰੂ ਹੀ ਨੀਵ ਦਾ ਕੁੱਕੜ ਹੁੰਦਾ ਅਸਤਗਫਾਰ ਕਿੰਨੀਆਂ ਗੱਲਾਂ ਕਰਦਾ ਅੱਲਾ ਬਚਾਇਆ ਦੇ ਕੋਲੋਂ ਅਸਤਗਫਾਰ ਜਿੰਨਾ ਇਹਦਾ ਮੂੰਹ ਕਾਲਾ ਹੈ ਇਹਦਾ ਮੂੰਹ ਕਿੱਡਾ ਕਾਲਾ ਹੋਏਗਾ ਤੁਸੀਂ ਬੜੇ ਬੜੇ ਮੂੰਹ ਮਾਰਨੇ ਥੁੱਕਾ ਲਾ ਦਈਏ ਮੈਂ ਆ ਤਾਂ ਥੁੱਕ ਚੰਗੀ ਹੁੰਦੀ ਨਾ ਮਰਨਾ ਹੀ ਕਿੰਨੇ ਬੱਚੇ ਨੇ ਬੜੇ ਇੱਕੋ ਚੋ ਹੁਣ ਤੇ ਇਹਨੇ ਚਾਚੀ ਨੂੰ ਵੀ ਜਾ ਕੇ ਜਦੋਂ ਉਠਾਣਾ ਨਾ ਤੇ ਚਾਚੀ ਨੇ ਅੱਗੋਂ ਕੀ ਕਹਿਣਾ ਮੇਰੇ ਅਲਹਮਦੁਲਿਲਾ ਰੱਬ ਦੀ ਰਹਿਮਤ ਹੈ ਰੱਬ ਨੇ ਮੈਨੂੰ ਇੱਕ ਪੁੱਤਰ ਦਿੱਤਾ ਇੱਕ ਧੀ ਦਿੱਤੀ ਰੱਬ ਦੀ ਰਹਿਮਤ ਵੀ ਹੈ ਰੱਬ ਦੀ ਕਰਮ ਨਵਾਜ਼ੀ ਵੀ ਹੈ ਬੱਚੇ ਨਹੀਂ ਤੂੰ ਪਾਣੀ ਦੀ ਵੀ ਔਲਾਦ ਹੀ ਸਭ ਕੁਝ ਹੈ ਜੀ ਹੈ
ਕਿਹੜੀ ਪਤਾ ਲਾ ਉਹ ਨਾ ਲਾਈ ਅਸੀਂ ਤੇ ਠੀਕ ਨਜ਼ਰ ਆਵਾਂਗੇ ਇਹ ਫੜਿਆ ਜਾਏਗਾ ਉਹ ਪੜ ਲੈ ਦਬਾਰਾ ਇਹ ਫੜਿਆ ਜਾਏਗਾ ਐਵੇਂ ਭਰਾ ਨੇ ਦਿਲ ਛੱਡਤਾ ਤੁਸੀਂ ਦਰਗਸ ਕਲੀਨਿਕ ਤੇ ਆਇਓ ਦਵਾਈ ਸਾਰਿਆਂ ਨੂੰ ਮਿਲੇਗੀ ਮੇਰੀ ਸਿਸਟਰ ਨੂੰ ਤਲਾਕ ਦਿਓ ਮੈਂ ਪਠਾਨ ਨੂੰ ਦੇਣੀ ਬਸ ਮੈਂ ਤਲਾਕ ਨਹੀਂ ਲੈਣੀ ਬਾਬਾ ਦਾਸ ਦੀ ਤਲਾਕ ਤੋਂ ਜ਼ਿਕਰ ਨਹੀਂ ਤਾਂ ਕੀ ਹੈ ਬੇਵਕੂ ਬਾਤ ਮੈਂ ਕੀ ਹੈ ਅਸੀਂ ਸ਼ਰੀਫ ਲੋਕ ਹਾਂ ਤੂੰ ਸਾਡੇ ਟਰੈਕਟਰ ਦੀ ਲਾਈਨ ਬੋਲਣ ਦੇ ਦਿੱਤਾ ਟਰੈਕਟਰ ਨੇ ਕਿਹਾ ਕਹਿ ਤਲਾਕ ਹੈ ਕੀ ਬੁੱਢੋ ਤੂੰ ਮੈਂ ਤਲਾਕ ਹੀ ਦੇਣੀ ਹੈ ਤਲਾਕ ਨਹੀਂ ਅੱਛਾ ਨਹੀਂ ਮੇਰੇ ਕੱਲ ਲੱਭ ਨਹੀਂ ਸੁਣ ਸਕਦੇ ਮੈਂ ਤਲਾਕ ਨਹੀਂ ਲੈਣੀ ਮੈਂ ਤਲਾਕ ਨਹੀਂ ਲੈਣੀ ਮੈਂ ਇੱਕ ਸ਼ਰੀਫ ਘਰ ਦੀ ਬੱਚੀ ਹਾਂ ਸਾਡੇ ਚ ਕਦੀ ਤਲਾਕ ਨਹੀਂ ਹੋਈ ਜਿੱਦਾਂ ਵੀ ਛੱਡਿਆ ਸੀ ਬੰਦਾ ਆਪ ਛੱਡਿਆ ਯਾ ਅੱਲਾ ਇਹਨਾਂ ਗੱਲਾਂ ਨਾਲ ਮੈਨੂੰ ਮੌਤ ਦੇ ਅਸੀਂ ਸ਼ਰੀਫ ਨਹੀਂ ਕਹਿੰਦੀ ਜਦੋਂ ਛੱਡਿਆ ਬੰਦਾ ਅਸੀਂ ਆਪ ਛੱਡਿਆ ਉਹ ਬੰਦਾ ਉਦੋਂ ਰਹਿੰਦਾ ਨਹੀਂ ਜਦੋਂ ਤੁਸੀਂ ਛੱਡ ਦਈਏ ਸ਼ਰੀਫ ਫੌਰਨ ਦੇ ਸ਼ਰੀਫ ਹੋ ਤੂੰ ਮੇਰੇ ਨਾਲ ਇੰਨੇ ਗੱਲਾਂ ਕਿਤੇ ਨਾ ਬਤੌਰ ਜਾਣੇ ਬਾਬਾ ਮੈਂ ਕਹਿੰਦਾ ਕਿ ਅੱਛੇ ਅੱਬਾ ਜੀ ਇੰਨੇ ਜਿਹੜਾ ਕਹੀ ਨਾ ਹੁੰਦਾ ਤੋੜ ਕੇ ਨਾ ਨਾਸਕ ਤੁੰਨ ਦੇਵਾਂਗੀ ਇਹ ਕਿਹੜੀਆਂ ਨਾਸਕ ਕੀ ਥੱਲੇ ਸ਼ੁਰੂ ਦੀਆਂ ਨੇ ਹੈ ਕੋਈ ਸਮਝ ਆ ਸ਼ਿਕਰ ਮੈਂ ਅੱਛੇ ਅੱਬਾ ਜੀ ਆਣ ਕੇ ਬਾਜ ਕਿਹੜੇ ਨਾ ਨਾ ਦਾਦਾ ਜੀ ਮੇਰੇ ਬਾਜ ਮੈਂ ਜੀ ਤੇਰੇ ਸੁਸਰਾ ਮੈਂ ਪਠਾਨ ਨਾਲ ਸ਼ਾਦੀ ਕਰਨੀ ਸੀ ਆਓ ਜਰਾ ਇਹ ਗੱਲ ਮੁਕਾਓ ਤੁਹਾਡਾ ਪੁੱਤਰ ਮੈਨੂੰ ਤਲਾਕ ਦੇਣਾ ਚਾਹੁੰਦਾ ਅੱਬਾ ਜੀ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਨੂੰ ਲੱਗ ਗਿਆ ਪੁੱਤ ਤੂੰ ਅੱਬੇ ਨੂੰ ਲੈਣਾ ਚਾਹੁੰਦੀ ਹੈ ਅੱਬਾ ਜੀ ਹਾਂਜੀ ਅੱਬਾ ਜੀ 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 ਕਰੋ ਅੱਬਾ ਜੀ ਹਾਂ ਹਾਂ ਠਹਿਰ ਤੇ ਜਾਓ ਉਈ ਇੱਕ ਅੱਧੀ ਜੱਫੀ ਮੈਨੂੰ ਵੀ ਪਾਓ ਮੈਂ ਚਾਹਨਾ ਨਾ ਬਿਰਾ ਮੈਂ ਵੀ ਕੁੜੀਆਂ ਖਬਰਦਾਰ ਤੈਨੂੰ ਕੋਈ ਤਲਾਕ ਨਹੀਂ ਦੇ ਸਕਦਾ ਸਾਡਾ ਪੁੱਤਰ ਮੈਨੂੰ ਕਹਿੰਦੇ ਮੈਨੂੰ ਤਲਾਕ ਦੇਗਾ ਅੱਬਾ ਜੀ ਨਹੀਂ 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 ਅੱਬਾ ਜੀ ਠੀਕ ਆਦਮੀ ਦੀਗਾ ਅੱਬਾ ਜੀ ਕਿਉਂ ਕੀ ਹੋਇਆ ਮੇਰਾ ਵਿਆਹ ਹੋਇਆ ਮੈਨੂੰ ਕਹਿੰਦੇ ਜਾਨੂ ਹਾਂਜੀ ਹਾਂਜੀ ਤੂੰ ਪੈਪਸੀ ਦੀ ਬੋਤਲ ਏ ਜੂਜੂ ਪੀਣਾ ਮਜ਼ਾ ਆਂਦਾ ਹਾਏ ਹਾਏ ਮੇਰਾ ਬੰਦਾ ਸ਼ਜ਼ਾਲ ਦੀ ਬੋਤਲ ਚ ਤਾਂ ਮਜ਼ਾ ਆਣ ਲੱਗਦਾ ਮੁੱਕ ਜਾਂਦਾ ਸ਼ਰੀਫ ਲੋਕ ਸਾਡੀਆਂ ਸ਼ਰੀਫ ਬੱਚੀਆਂ ਹਾਏ ਮੈਂ ਕੀ ਦੱਸਾਂ ਹਾਏ ਅੱਬਾ ਜੀ ਮੈਂ ਤਲਾਕ ਕੁੜੀਏ ਕੁੜੀਏ ਅੱਬਾ ਬਹੁਤ ਦੂਰ ਏ ਇਸ ਗੱਲ ਤੋਂ ਮੇਰੀ ਗੱਲ ਸੁਣ ਆਪਣਾ ਤੂੰ ਤੇ ਬਿਲਕੁਲ ਆਰਾਮ ਹੀ ਕਰਨ ਲੱਗ ਪਈ ਹੈਲੋ ਅੱਬਾ ਜੀ ਉਹਨੇ ਤਲਾਕ ਨਹੀਂ ਲੈਣੀ ਉਹਨੇ ਤੇਰੇ ਕੋਲ ਡੇਢ ਕੁ ਘੰਟਾ ਲੈਣਾ ਅੱਬਾ ਜੀ ਇੰਨੀ ਲੰਮੀ ਹਾਂਜੀ ਜਨਾਬ ਜੀ ਜੀ ਹਾਂਜੀ ਪੁੱਤਰ ਕੋਈ ਦੁੱਖ ਤਕਲੀਫ ਹੈ ਤਾਂ ਮੈਨੂੰ ਦੱਸ ਮੈਂ ਤੇਰੀ ਮਾਂ ਤੂੰ ਮੈਂ ਸਿਰਫ 2 ਮਿੰਟ ਦੇ ਮੈਂ ਜ਼ਰਾ ਤੇਰੀ ਮਾਂ ਨਾਲ ਗੱਲ ਕਰਨਾ ਮੇਰੀ ਮਾਂ ਨਹੀਂ ਕਾਲੀ ਮਾਤਾ ਓਏ ਆਪਣਾ ਚਾਚਾ ਲੱਤਾਂ ਜੋੜ ਕੇ ਬਾਹਰ ਥੱਲੇ ਸਲਵਾਰ ਪਾਟੀ ਤੇਰੇ ਘਰ 20 ਬੰਦੇ ਵੜ ਗਏ ਨੇ ਚੀਨੀ ਲੈਣ ਗਏ ਨੇ ਚੀਨੀ ਨਹੀਂ ਅੱਬਾ ਜੀ ਅੱਬਾ ਜੀ ਹੈ ਤੁਹਾਨੂੰ ਕਿੰਨੇ ਦਿੱਤੀ ਹੈ ਹਾਂਜੀ ਪੁੱਤਰ ਇਹਨੂੰ ਹੱਥ ਨੀ ਲਾਇਦਾ ਇਹ ਬਜ਼ੁਰਗਾਂ ਦੀ ਟੋਪੀ ਕਦੀ ਕਦੀ ਤੇ ਨਿਕਲ ਨਹੀਂ ਆਉਂਦੀ ਇਸਤੇਮਾਲ ਥੋੜੀ ਹੋਈ ਹੈ ਵੇਖੋ
ਓਏ ਪੁੱਤਰ ਐ ਤੁਸੀਂ ਇੰਜ ਰਹਿਣ ਦਿਓ ਕਸਮ ਖੁਦਾ ਦੀ ਇੰਜ ਹੀ ਰਹੇ ਪੁੱਤਰ ਇੱਥੇ ਚੱਲ ਜਿੱਦਾਂ ਤੱਕ ਜਾਵਾਂਗੀ ਇੱਥੇ ਜਿੱਦਾਂ ਚਾਹਾਂਗੀ ਇੰਜ ਚਲੀ ਆਇਆ ਅੱਬਾ ਜੀ ਟਾਈਮਿੰਗ ਚੈੱਕ ਕਰਨੀ ਖੇਡੋ ਖੇਡੋ ਅੱਜ ਟੋਪੀ ਡੇ ਅੱਬਾ ਜੀ ਟਾਈਮਿੰਗ ਚੈੱਕ ਟਾਈਮਿੰਗ ਓਏ ਮੇਰੀ ਐ ਮੇਰਾ ਜਦੋਂ ਤੱਕ ਦਿਲ ਕਰੇਗਾ ਉਦੋਂ ਤੱਕ ਇੰਜ ਲੈ ਅੱਛਾ ਜੀ ਜਿਵੇਂ ਮੈਂ ਅੱਕ ਜਾਗੀ ਇੰਜ ਕਰ ਦੇ ਮੇਰੀ ਟੋਪੀ ਹੈ ਆਪਕੀ ਟੋਪੀ ਜਦ ਵੀ ਚਾਹੇ ਇਸੇ ਗਿਰਾ ਦੀਜੀ ਪੁੱਤਰ ਰਾਤੀ ਤੂੰ ਮੇਰੇ ਕਮਰੇ ਚ ਭੁੱਲ ਗਿਆ ਸੀ ਆ ਜਾ ਉਹ ਚੱਲ ਉਹ ਦੁਰਮਣ ਸਾਈ ਚੱਲ ਉਧਰ ਚਮਚਾ ਕਰ ਦਿਆ ਗਾ ਠੀਕ ਦੋ ਦਿਨ ਲਈ ਸਲਵਾਰ ਧਾਰੀ ਮਿਲ ਜਾਏਗੀ ਜਨਾਬ ਮੈਂ ਤੇ ਆਪ ਪੈਂਟ ਪਾਈ ਬੇਟਾ ਉਹ ਜਨਾਬ ਮੈਂ ਸਲਵਾਰ ਖਵਾਚੀ ਹੋਰ ਮੇਰਾ ਹਰਨੀਆਂ ਦਾ ਪ੍ਰੋਬਲਮ ਮੈਨੂੰ ਵੀ ਦੁਪੱਟਾ ਚਾਹੀਦਾ ਹੈ ਨਹੀਂ ਨਹੀਂ ਆ ਨਹੀਂ ਮੈਂ ਨਹੀਂ 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 ਹਾਂ ਇਹ ਮਸਲਾ ਕੀ ਲੜਾਈ ਝਗੜਾ ਕਰਦਾ ਬਸ ਮੈਂ ਕੀ ਦੱਸਾਂ ਮੈਂ ਜਿੱਥੇ ਵੀ ਜਾਣੀ ਆ ਮਸਲਾ ਖੜਾ ਹੋ ਜਾਂਦਾ ਮਸਲਾ ਬਣਿਆ ਇਸ ਕਰਕੇ ਹੈ ਜਨਾਬ ਤੁਸੀਂ ਇਹ ਗੱਲ ਦੱਸੋ ਹਾਂ ਸੁਣਿਆ ਕਿ ਤੁਹਾਡਾ ਬੱਚਾ ਬੁੱਚਾ ਨਹੀਂ ਹੁੰਦਾ ਕੋਈ ਉਹ ਤੁਹਾਡੇ ਸੌਫਟਵੇਅਰ ਦਾ ਮਸਲਾ ਮੇਰੇ ਨਹੀਂ ਮੇਰੇ ਬੰਦੇ ਦੇ ਅੱਛਾ ਤੁਹਾਨੂੰ ਹੁੰਦਾ ਬੱਚਾ ਆਹੋ ਫਿਰ ਦੇਖ ਲੈ ਨਹੀਂ ਮੈਨੂੰ ਹੱਥ ਵੀ ਨਹੀਂ ਲਾਇਆ ਬੱਚਾ ਫੇਰ ਵੀ ਹੋਇਆ ਅੱਛਾ ਅੱਛਾ ਇਹਦਾ ਮਕਸਦ ਤੁਹਾਡੀ ਮੈਮਰੀ ਫੁੱਲ ਆ ਫਿਰ ਤੁਸੀਂ ਇੰਜ ਕਰਿਆ ਕਰੋ ਤੁਸੀਂ ਚਾਹੁੰਦੇ ਨਾ ਬੱਚੇ ਦੇ ਬੱਚਾ ਹੋਵੇ ਤੇ ਮੋਟੀ ਪਿੰਨ ਵਾਲਾ ਚਾਰਜਰ ਇਸਤੇਮਾਲ ਕਰਿਆ ਕਰੋ ਜਿਹੜਾ ਨਹੀਂ ਆਉਂਦਾ ਜਿਹੜਾ ਮਹਿੰਗੇ ਮੋਬਾਈਲ ਦਾ ਤੁਹਾਡੀ ਬੈਟਰੀ ਡਾਊਨ ਹੋ ਜਾਂਦੀ ਹੈ ਮਹਿੰਗੇ ਮੋਬਾਈਲ ਦਾ ਬਰੀਕ ਪਿੰਨ ਵਾਲਾ ਚਾਰਜਰ ਨਹੀਂ ਨਹੀਂ ਉਹ ਅਸੀਂ 3310 ਵਾਲੇ ਨੂੰ ਮਹਿੰਗਾ ਸਮਝਦੇ ਨਹੀਂ ਤੇ ਤੁਹਾਡੀ ਬੈਟਰੀ ਡਾਊਨ ਰਹਿੰਦੀ ਆਹੋ ਤੁਸੀਂ ਇਸਤੇਮਾਲ ਘੱਟ ਕਰਿਆ ਕਰੋ ਨਾ ਹਾਂ ਅੱਛਾ ਨਹੀਂ ਯਾਰ ਤਲਾਕ ਦੇ ਮੇਰੇ ਬੈਂਡ ਨੂੰ ਮੈਂ ਪਠਾਣਾ ਬਸ ਠੀਕ ਹੈ ਮੈਂ ਫੈਸਲਾ ਕਰ ਲਿਆ ਮੈਂ ਵਿਆਹ ਕਰਾਂਗੀ ਪਠਾਣਾ ਦੇ ਵਿੱਚ ਪਠਾਣ ਬਹੁਤ ਅੱਛੀ ਕੌਮ ਬਹਾਦਰ ਹੈ ਜਾ ਬਾ ਕਹਿੰਦੇ ਨੇ ਸਾਡਾ ਸੂਬਾ ਵੀ ਅਲੱਗ ਕਰੋ ਸਾਡੀ ਨਸਵਾਰ ਨੂੰ ਕੌਮ ਵੀ ਫਲ ਦਾ ਖਿਤਾਬ ਦਿਓ ਵਾਹ ਮੈਂ ਸੱਚੇ ਤਾਂ ਬੜੀ ਬਹਾਦਰ ਕੌਮ ਬਹਾਦਰ ਕੌਮ ਪਠਾਣਾ ਦਾ ਬੜੇ ਅੱਛੇ ਪਠਾਣ ਨੇ ਲਓ ਜੀ ਕੋਈ ਪਠਾਣ ਆਇਆ ਐ ਬੈਠਾ ਹੈ ਤੇ ਡੇਢ ਖਿਸ਼ਾਲ ਦੇ ਜੋਰ ਤਕੜੇ ਤਕੜਾ ਲੋ ਨਾ ਫਿਰ ਵੇਖੀ ਜੋਰ ਤਕੜੇ ਹੀ ਤੇ ਲੈ ਬਖੜੇ ਇਹਦੀ ਗੱਲ ਨਾ ਮੰਨੀ ਇਹਨੇ ਦੋ ਦਿਨਾਂ ਹੀ ਤੈਨੂੰ ਸਿੰਧੀ ਕਰ ਦੇਣਾ ਤੁੰਜੇ ਨਾਲ ਛਾਹ ਹੈ ਕਹਿੰਦਾ ਫਿਰੇਗਾ ਤੁੰਜੇ ਨਾਲ ਛਾਹ ਹੈ ਮੁੰਜੇ ਨਾਲ ਰਾਣੀ ਹੈ ਵੈਸੇ ਯਕੀਨ ਕਰੋ ਪਠਾਨ ਕੌਮ ਸੈਂਸਦਾਨ ਹੈ ਕਿਵੇਂ ਐਡੀ ਕੋ ਮਕਈ ਹੁੰਦੀ ਭੁੰਨ ਭੁੰਨ ਕੇ ਏਡਾ ਫੁੱਲਾ ਕਰ ਦਿੰਦੇ ਉਹ ਸ਼ਹਿਰ ਦੇ ਤੇ ਪਰਿੰਦਾ ਵੀ ਇੱਕ ਪਰ ਨਾਲ ਉੱਡਦਾ ਹੈ ਹਾਂਜੀ ਇੱਕ ਇੱਥੇ ਦੇਖ ਕੇ ਬਚਤ ਕਰ ਲੈ ਹਾਂ ਜੀ ਹੋਰ ਕੀ ਪਠਾਨ ਲਈ ਮੈਂ ਕਹਿੰਦੀ ਐਂਜ ਕਰ ਲਿਆ ਪਹਿਲੇ ਦੌਰ ਦੀ ਗੱਲ ਪਿੱਛੇ ਦੌਰ ਤੇ ਜਾ ਰਿਹਾ ਟਰਾਲੀ ਆਈ ਮੋਟਰਸਾਈਕਲ ਟਰਾਲੀ ਚ ਵੱਜਾ ਟਰਾਲੀ ਡਿੱਗ ਪਈ ਗੁੱਜਰ ਫਿਰ ਵੀ ਜਾ ਰਿਹਾ ਹੁਣ ਤਾਂ ਚੜਾਈ ਨੀ ਚੜਦੀ ਮੋਟਰਸਾਈਕਲ ਗਾਣੇ ਹੁਣ ਤਾਂ ਕੌਮੀ ਤਰਾਨੇ ਵੀ ਇੰਨੇ ਆਉਣੇ ਨੇ ਰਾਣੇ ਪਰ ਰਾਣਾ
ਥੱਲੇ ਰਾਣਾ, ਉਹਦੇ ਵੀ ਥੱਲੇ ਰਾਣਾ, ਉਹਦੇ ਵੀ ਥੱਲੇ ਰਾਣਾ, ਉਹ ਰਾਣੇ ਪਰਾਣਾ ਰਾਣੇ ਪਰਾਣਾ ਉਹ ਰਾਣਾ ਰਾਣੇ ਪਰਾਣਾ। ਤੁਸੀਂ ਇਹ ਵੇਖੋ ਜਿਹੜਾ ਸਭ ਤੋਂ ਥੱਲੇ ਰਾਣਾ ਉਹਦੇ ਨਾਲ ਕੀ ਹੋ ਰਹੀ ਹੈ। ਆਪ ਜਨਾਬ ਕਰਕੇ ਅਦਬੀ ਅੱਜ ਤੱਕ ਮੇਰੇ ਬੰਦੇ ਨੇ ਮੈਨੂੰ ਆਪ ਤੋਂ ਇਲਾਵਾ ਗੱਲ ਨਹੀਂ ਕੀਤੀ। ਜੀ ਜੀ ਪਤਾ ਸਰ। ਅੱਛਾ ਬਹੁਤ ਅੱਛੀ ਹੈ ਅਦਬੀ, ਆਪ ਬਹੁਤ ਅੱਛੀ ਹੈ। ਸ਼ੇਰ ਹੈ ਅਦਬੀ ਸ਼ੇਰ, ਹਜ਼ਾਰ ਸਾਲ ਨਰਗਸ ਸਟੇਜ ਪਰ ਨਾਚੀ। ਵਾਹ ਵਾਹ ਵਾਹ। ਹਜ਼ਾਰ ਸਾਲ ਨਰਗਸ ਸਟੇਜ ਪਰ ਨਾਚੀ, ਫਿਰ ਹੁਆ ਇਹ ਮਕਾਮ ਪੈਦਾ। ਉਸਕੀ ਅੰਮੀ ਨੇ ਕਹਾ ਇਹ ਕਾਮ ਹੈ ਬਹੁਤ ਅੱਛਾ, ਫਿਰ ਉਸਨੇ ਕੀਆ ਦੀਦਾਰ ਕੋ ਪੈਦਾ। ਸ਼ੇਰ ਪੇਸ਼ ਕਰਨਾ ਕੇ ਬਾਅਦ ਤੋਂ ਕਰਤਾਰ ਬੇਟਾ ਵੱਡੀ ਅੱਜ ਕਰ ਆਈ ਨਿੱਕੀ ਮਾਸ਼ਾਅੱਲਾ ਗਈ ਅੱਜ। ਬਾਤ ਤੋ ਕਰਦਾਰ ਕੀ ਹੋਤੀ ਹੈ ਫਰਾਦ, ਵਰਨਾ ਹੱਜ ਤੋ ਨਰਗਸ ਨੇ ਵੀ ਕੀਆ। ਦੂਜੀ ਗੱਲ ਸੋਹਣਿਆ ਵਿੱਚ ਨਾ ਬਹੁਤ ਹੋਟਲ ਬੱਕਰੇ ਯਾਰ ਕੀ ਤੂੰ ਵੇਚੇ, ਹੋਰ ਤੈਨੂੰ ਕੀ ਚਾਹੀਦਾ ਮਿਲੇ? ਨਰਸੀ ਲੈ ਲੈ ਨਰਸੀ ਲੈ ਲੈ। ਮੈਡਮ ਪਲੀਜ਼ ਮੈਂ ਤੁਹਾਨੂੰ ਇੱਕ
ਸਿਫਾਰਿਸ਼ ਕਰਨਾ ਵਾ ਤੁਸੀਂ ਉਹ ਸ਼ੇਰ ਸੁਣਾਓ ਜਿਹੜੀ ਤੁਸੀਂ ਨਵੀਂ ਕਿਤਾਬ ਲਿਖੀ ਹੈ ਨਾ ਦੁੱਧ ਜਲੇਬੀਆਂ ਤੂੰ ਮੇਰੀ ਕਿਤਾਬ ਨੀ ਪੜ੍ਹੀ ਆਇਆ ਤੇਲ ਉਰਦੂ ਸ਼ੇਰ ਸੁਣਾਓ ਜੀ ਉਹ ਜਿਹੜੀ ਤੁਹਾਡੀ ਕਿਤਾਬ ਆਈ ਹੈ ਮੇਰੇ ਬਿਸਤਰ ਕੀ ਸਰਸਰਾਹਟ ਲੜਾਈ ਮੈਂ ਲੜਾਈ ਅੱਜ ਕਿਆ ਹੈ ਜੀ ਆਲ ਦੁਆਲੇ ਫਿਰਦੇ ਰਹਿੰਦੇ ਕਾਤਲ ਸੋਚਾਂ ਸਤਰਾਂ ਦੇ ਪੂਰਾ ਤੇ ਹੋ ਲੈਣਗੇ ਤੂੰ ਹੀ ਦੱਸਣਾ ਵੀ ਪੂਰਾ ਹੋ ਗਿਆ ਹੈ ਵੀ ਮੈਂ ਹੀ ਦੱਸਣਾ ਵਾਹ ਵਾਹ ਅੱਛਾ ਜੀ ਅੱਜ ਕਿਆ ਹੈ ਆਲ ਦੁਆਲੇ ਫਿਰਦੇ ਰਹਿੰਦੇ ਕਾਤਲ ਸੋਚਾਂ ਸਤਰਾਂ ਦੇ ਦਿਨ ਦਿਹਾੜੇ ਲੁੱਟ ਲੈਂਦੇ ਨੇ ਕਰ ਲਓ ਕੀ ਬੇਖਬਰਾਂ ਦੇ ਜੀਣਾ ਹੀ ਤੇ ਸੱਚਾ ਸੁੱਚਾ ਉੱਚਾ ਰਹਿਣ ਦਾ ਚਾਰਾ ਕਰ ਜੀਣਾ ਹੀ ਤੇ ਸੱਚਾ ਸੁੱਚਾ ਉੱਚਾ ਰਹਿਣ ਦਾ ਚਾਰਾ ਕਰ ਮੇਵੇ ਤੋੜ ਕੇ ਲੈ ਜਾਂਦੇ ਨੇ ਲੋਕੀ ਨੀਵੇਂ ਸ਼ਜਰਾਂ ਦੇ ਹਮੇ ਤੋ ਮੋਬਾਇਲ ਨਾ ਲੂਟਾ ਪੀਸੀਓ ਮੇ ਕਹਾਂ ਦਮ ਥਾ ਜੇ ਇੱਥੇ ਮਜ਼ਾ ਆ ਗਿਆ ਤੇ ਇੱਥੇ ਮੁਕਾ ਦੇਵਾਂ ਬਿਲਕੁਲ ਇੱਥੇ ਬੜਾ ਹੈ ਬਾਕੀ ਕਰ ਅੱਜ ਕੀ ਹੈ ਤੁਮੇ ਪਿਆਰ ਕਰਨਾ ਨਹੀਂ ਆ ਉਹ ਬਹਿ ਜਾ ਇਹਨੂੰ 15 ਮਿੰਟ ਲੱਗ ਜਾਣੇ ਨਹੀਂ ਨਹੀਂ 15 ਮਿੰਟ ਲੱਗ ਜੀ ਜੀ ਅੱਜ ਕੀ ਹੈ ਤੁਮੇ ਪਿਆਰ ਕਰਨਾ ਨਹੀਂ ਆਤਾ ਮੁਝੇ ਪਿਆਰ ਕੇ ਸਿਵਾ ਕੁਛ ਨਹੀਂ ਆਤਾ ਦੁਨੀਆ ਮੇ ਜੀਨੇ ਕੇ ਦੋ ਹੀ ਤਰੀਕੇ ਹੈ ਇੱਕ ਤੁਝੇ ਨਹੀਂ ਆਤਾ ਇੱਕ ਮੁਝੇ ਨਹੀਂ ਆਤਾ ਲਿਹਾਜ਼ਾ ਮੈਂ ਤਾਂ ਦੱਸ ਦਿਆਂ ਮੇਰਾ ਫਾਈਨਲ ਫੈਸਲਾ ਹੈ ਕਿ ਮੈਂ ਤੇਰੇ ਕੋਲੋਂ ਤਲਾਕ ਲਾਂਗੀ ਆਪਣੀ ਮਰਜ਼ੀ ਦਾ ਬੰਦਾ ਇਹ ਫੈਸਲਾ ਅੱਬਾ ਜੀ ਅੱਬਾ ਜੀ ਕੌਣ ਮੈਂ ਤੇਰਾ ਅੱਬਾ ਜੀ ਅੱਬਾ ਜੀ ਮੈਂ ਤੇਰੀ ਬੀਬੀ ਕਿਤੇ ਲਾਂਗਾ ਤੇਰੀ ਬੀਬੀ ਮੇਰੀ ਗੱਲ ਸੁਣੋ ਜਿਹੜਾ ਮਹਾਨ ਖਾਬਾ ਜਨਾਬ ਮੇਰੀ ਗੱਲ ਮੇਰੀ ਗੱਲ ਸੁਣੋ ਚਾਰ ਤੇ ਚਾਰ ਕਿੰਨੇ ਹੁੰਦੇ ਨੇ ਚਾਰ ਤੇ ਚਾਰ ਚਾਰ ਤੇ ਚਾਰ ਨੌ ਨਹੀਂ 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 ਚਾਰ ਤੇ ਚਾਰ ਅੱਠ ਅੱਠ ਆ ਜਾ ਅੱਠ ਗੱਡਰ ਕੱਢਣੇ ਨੇ ਤੂੰ ਆ ਜਾ